ਨੰਬਰ 9 ਦਾ 9 ਸਟਾਰਟ ਕਰਨ ਜਾ ਰਹੇ ਹਾਂ ਤੇ ਕੌਣ ਮਿਤੀ ਦੇ ਕੁਝ ਪ੍ਰਯੋਗ ਉਹਦੇ ਵਿੱਚ ਸਭ ਤੋਂ ਪਹਿਲਾਂ ਉਚਾਣ ਕੌਣ ਨਹੀਂ ਵਾਣ ਕੌਣ ਦੇਖੋ ਸਭ ਤੋਂ ਪਹਿਲਾਂ ਜਦੋਂ ਆਪਾਂ ਚੀਜ਼ ਨੂੰ ਦੇਖਦੇ ਹਾਂ ਉੱਪਰ ਵੱਲ ਨੂੰ ਜਿੱਦਾਂ ਮੀਨਾਰ ਨੂੰ ਉੱਪਰ ਵੱਲ ਦੇਖ ਰਹੇ ਹਾਂ ਸਿਖਰ 'ਤੇ ਦੇਖ ਰਹੇ ਹਾਂ ਤਾਂ ਸਾਡੀ ਅੱਖ ਦੇ ਨਾਲ ਉਹਦੇ ਉੱਪਰ ਟੋਪ ਦੇ ਨਾਲ ਜਿਹੜੀ ਰੇਖਾ ਬਣਦੀ ਹੈ ਸਿੱਧੀ ਰੇਖਾ ਨੂੰ ਬੋਲਦੇ ਦ੍ਰਿਸ਼ਟੀ ਰੇਖਾ ਅਤੇ ਆਧਾਰ ਦੇ ਨਾਲ ਸਾਡੀ ਅੱਖ ਤੋਂ ਉੱਪਰ ਵਾਲੇ ਦ੍ਰਿਸ਼ਟੀ ਰੇਖਾ ਦੇ ਨਾਲ ਜਿਹੜਾ ਕੋਣ ਬਣ ਰਿਹਾ ਹੁੰਦਾ ਉਹਨੂੰ ਬੋਲਦੇ ਉਚਾਣ ਕੋਣ ਕਿਉਂਕਿ ਉੱਪਰ ਨੂੰ ਦੇਖ ਰਹੇ ਤਾਂ ਉਚਾਣ ਕੋਣ ਜੇ ਥੱਲੇ ਨੂੰ ਦੇਖਾਂਗੇ ਤਾਂ ਨਿਵਾਣ ਕੋਣ ਹੋਏਗਾ ਦੇਖੋ ਜਿੱਦਾਂ ਹੁਣ ਪਤੰਗ ਨੂੰ ਦੇਖ ਰਹੇ ਹਾਂ ਉੱਪਰ ਵਾਲੀ ਸਾਈਡ ਨੂੰ ਤਾਂ ਉਚਾਣ ਕੋਣ ਬਣੇਗਾ ਦ੍ਰਿਸ਼ਟੀ ਰੇਖਾ ਨਾਲ ਜਿਹੜਾ ਕੋਣ ਬਣਨਾ ਨਿਵਾਣ ਕੋਣ ਜਦੋਂ ਦੇਖੋ ਉੱਪਰ ਖੜ੍ਹੇ ਹਾਂ ਆਪਾਂ ਕਿਤੇ ਤਾਂ ਫੁੱਟਬਾਲ ਨੂੰ ਨੀਚੇ ਦੇਖ ਰਹੇ ਹਾਂ ਫੁੱਟਬਾਲ ਨੂੰ ਜਦੋਂ ਨੀਚੇ ਦੇਖਿਆ ਦ੍ਰਿਸ਼ਟੀ ਰੇਖਾ ਦੇ ਨਾਲ ਜਿਹੜਾ ਥੱਲੇ ਨੂੰ ਕੋਣ ਬਣਿਆ ਠੀਕ ਹੈ ਉਹ ਨਿਵਾਣ ਕੋਣ ਹੈ ਇਸ ਅਭਿਆਸ 9.1 ਦੇ ਵਿੱਚ ਪਹਿਲਾ ਕੁਸ਼ਚਨ ਦੇਖੋ ਸਰਕਸ ਦਾ ਇੱਕ ਕਲਾਕਾਰ 20 ਮੀਟਰ ਲੰਬੀ ਰੱਸੀ 'ਤੇ ਚੜ੍ਹ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਤਣੀ ਹੋਈ ਹੈ ਮਤਲਬ ਕੱਸ ਪਾਈ ਹੋਈ ਹੈ ਅਤੇ ਧਰਤੀ ਦੇ ਸਿੱਧੇ ਖੜ੍ਹੇ ਖੰਭੇ ਦੇ ਸਿਖਰ ਦੇ ਨਾਲ ਬੰਨ੍ਹੀ ਹੋਈ ਹੈ ਜੇਕਰ ਰੱਸੀ ਧਰਤੀ ਦੇ ਤਲ ਦੇ ਨਾਲ 30 ਡਿਗਰੀ ਦਾ ਕੋਣ ਬਣਾਉਂਦੀ ਹੋਵੇ ਤਾਂ ਖੰਭੇ ਦੀ ਉਚਾਈ ਪਤਾ ਕਰੋ ਆਪਣੇ ਕੋਲ ਖੰਭਾ ਆ ਖੰਭੇ ਦੇ ਸਿਖਰ ਤੋਂ ਥੱਲੇ ਜ਼ਮੀਨ 'ਤੇ ਰੱਸੀ ਬੰਨ੍ਹੀ ਹੋਈ ਹੈ ਹੁਣ ਖੰਭੇ ਦੀ ਕਹਿੰਦੇ ਉਚਾਈ ਪਤਾ ਕਰਨੀ ਹੈ ਅਤੇ ਕੋਣ ਆਪਾਂ ਦਿੱਤਾ ਹੋਇਆ 30 ਡਿਗਰੀ ਹੁਣ ਇਹ ਜਿਹੜਾ 30 ਡਿਗਰੀ ਦਾ ਕੋਣ ਦਿੱਤਾ ਆਪਾਂ ਨੂੰ ਇਹਦੇ ਸਾਹਮਣੇ ਵਾਲਾ ਕੀ ਹੋਣਾ ਲੰਬ ਠੀਕ ਹੈ 90 ਦੇ ਸਾਹਮਣੇ ਵਾਲਾ ਕਰਨ ਅਤੇ ਥੱਲੇ ਜਿਹੜਾ ਉਹ ਧਾਰ ਹੋਏਗਾ ਹੁਣ 30 ਡਿਗਰੀ ਦਾ ਹੁਣ ਦੇਖੋ ਜਦੋਂ ਆਪਾਂ ਕਿਉਂਕਿ ਇੱਥੇ ਸਾਈਨ ਕੋਸ ਟੈਨ ਦੇ ਫਾਰਮੂਲੇ ਲੱਗਣਗੇ ਜਦੋਂ ਆਪਾਂ ਉਹ ਫਾਰਮੂਲੇ ਯੂਜ਼ ਕਰਨੇ ਹਾਂ ਆਪਾਂ ਇੱਕ ਚੀਜ਼ ਧਿਆਨ ਰੱਖਣੀ ਆ ਕਿ ਜਿਹੜਾ ਵੀ ਫਾਰਮੂਲਾ ਲਾਉਣਾ ਤੁਸੀਂ ਫਾਰਮੂਲੇ ਆਪਣੇ ਕੋਲ ਹੁੰਦੇ ਆ ਪੰਡਿਤ ਬੱਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ ਠੀਕ ਹੈ ਫਾਰਮੂਲੇ ਹੁੰਦੇ ਆ ਹੁਣ ਜਿਹੜੇ ਵੀ ਦੋ ਚੀਜ਼ਾਂ ਪਤਾ ਕਰਨੀਆਂ ਜਿਹੜੀਆਂ ਵੀ ਦੋ ਮਤਲਬ ਜਿਹੜਾ ਵੀ ਫਾਰਮੂਲਾ ਯੂਜ਼ ਕਰਨਾ ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹ ਹੋਣੀ ਚਾਹੀਦੀ ਜਿਹੜੀ ਆਪਾਂ ਨੂੰ ਪਤਾ ਆ ਔਰ ਇੱਕ ਚੀਜ਼ ਉਹ ਜਿਹੜੀ ਆਪਾਂ ਨੂੰ ਪਤਾ ਕਰਨੀ ਆ ਜਿੱਦਾਂ ਹੁਣ ਦੇਖੋ ਸਾਈਨ ਥੀਟਾ ਦਾ ਫਾਰਮੂਲਾ ਯੂਜ਼ ਕੀਤਾ ਸਾਈਨ ਦਾ ਫਾਰਮੂਲਾ ਹੁੰਦਾ ਹੈ P/H ਮਤਲਬ ਕਰੰਟ ਬਟਾ ਪੀ ਮਤਲਬ ਲੰਬ ਬਟਾ ਕਰਨ ਮਤਲਬ ਦੋਨੋਂ ਚੀਜ਼ਾਂ ਆ ਗਈਆਂ ਜਿਹੜੀ ਚੀਜ਼ ਪਤਾ ਕਰਨੀ ਉਹ ਵੀ ਆ ਗਈ ਜਿਹੜਾ ਆਪਾਂ ਦਿੱਤਾ ਹੋਇਆ ਉਹ ਵੀ ਆ ਗਿਆ ਇਸ ਕਰਕੇ ਆਪਾਂ ਸਾਈਨ ਥੀਟਾ ਦਾ ਫਾਰਮੂਲਾ ਯੂਜ਼ ਕਰਨਾ ਸਾਈਨ 30 ਥੀਟਾ ਮਤਲਬ ਕੋਣ 30 ਡਿਗਰੀ AB/AC ਦਾ ਮੁੱਲ 20 ਆ ਗਿਆ ਇੱਥੋਂ AB ਦਾ ਸਿੱਧੇ ਅੰਤਰ ਆ ਗਿਆ 10 ਮੀਟਰ ਹੁਣ ਨੈਕਸਟ ਕੁਸ਼ਚਨ ਦੇਖੋ ਹਨੇਰੀ ਆਉਣ ਦੇ ਨਾਲ ਇੱਕ ਦਰਖਤ ਟੁੱਟ ਜਾਂਦਾ ਹੈ ਟੁੱਟਿਆ ਹੋਇਆ ਭਾਗ ਇਸ ਤਰ੍ਹਾਂ ਨਾਲ ਮੁੜ ਜਾਂਦਾ ਹੈ ਕਿ ਦਰਖਤ ਦਾ ਸਿਖਰ ਜ਼ਮੀਨ ਨੂੰ ਛੂਹਣ ਲੱਗਦਾ ਹੈ ਅਤੇ ਇਸ ਦੇ ਨਾਲ 30 ਡਿਗਰੀ ਦਾ ਕੋਣ ਬਣ ਜਾਂਦਾ ਹੈ ਦਰਖਤ ਦੇ ਆਧਾਰ ਬਿੰਦੂ ਦੀ ਦੂਰੀ ਜਿੱਥੇ ਦਰਖਤ ਦਾ ਸਿਖਰ ਜ਼ਮੀਨ ਨੂੰ ਛੂੰਹਦਾ ਹੈ ਕਿੰਨਾ ਆ ਰਿਹਾ ਆਪਣੇ ਕੋਲ 8 ਮੀਟਰ ਦਰਖਤ ਦੀ ਉਚਾਈ ਪਤਾ ਕਰਨੀ ਹੈ ਦਰਖਤ ਦੇਖੋ ਇੰਨਾ ਹਿੱਸਾ ਖੜ੍ਹਾ ਹੈ ਅਤੇ ਅੱਧਾ ਹਿੱਸਾ ਟੁੱਟ ਕੇ ਥੱਲੇ ਆ ਗਿਆ ਮਤਲਬ ਆਪਾਂ ਟੋਟਲ ਲੰਬਾਈ ਇਹ ਲੰਬਾਈ ਅਤੇ ਇਹ ਦੋਨੋਂ ਲੰਬਾਈਆਂ ਕੱਢ ਕੇ ਆਪਾਂ ਜੋੜਨਾ ਹੈ ਦੇਖੋ ਦਿੱਤਾ ਕੀ ਆਪਾਂ ਨੂੰ 8 ਮੀਟਰ ਹੁਣ 30 ਡਿਗਰੀ ਦੇ ਸਾਹਮਣੇ ਵਾਲਾ ਲੰਬ ਥੱਲੇ ਵਾਲਾ ਆਧਾਰ ਹੋ ਗਿਆ ਅਤੇ ਕਰਨ 90 ਦੇ ਸਾਹਮਣੇ ਵਾਲਾ ਹੁਣ ਆਪਾਂ ਮੇਨ ਕੀ ਪਤਾ ਕਰਨਾ ਹੈ ਲੰਬ ਪਤਾ ਕਰਨਾ ਆ ਅਤੇ ਆਧਾਰ ਆਪਣੇ ਕੋਲ ਹੈਗਾ ਹੁਣ ਦੇਖੋ ਜੇ ਮੈਂ ਆਧਾਰ ਅਤੇ ਲੰਬ ਦੋਨੋਂ ਨੂੰ ਫਾਰਮੂਲਾ ਦੋਨਾਂ ਵਾਲਾ ਫਾਰਮੂਲਾ ਯੂਜ਼ ਕਰਾਂ ਪੰਡਿਤ ਬੱਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ P/B ਮਤਲਬ ਲੰਬ ਬਟਾ ਆਧਾਰ ਇਹ ਟੀ ਵਾਲਾ ਫਾਰਮੂਲਾ ਯੂਜ਼ ਹੋਏਗਾ ਐੱਸ ਮਤਲਬ ਸਾਈਨ ਵਾਲਾ ਕਿਉਂ ਨਹੀਂ ਯੂਜ਼ ਕਰ ਸਕਦੇ ਕਿਉਂਕਿ ਦੇਖੋ P/H ਆ ਉਹਦੇ ਵਿੱਚ ਲੰਬ ਬਟਾ ਕਰਨ ਇਹਨਾਂ ਵਿੱਚ ਦੋਨੇ ਚੀਜ਼ਾਂ ਪਤਾ ਕਰਨ ਵਾਲੀਆਂ ਸਿਰਫ ਸਾਈਨ ਦਾ ਫਾਰਮੂਲਾ ਵੀ ਨਹੀਂ ਲੱਗਣਾ ਨਾ ਹੀ ਕੋਸ ਦਾ ਲੱਗਣਾ ਕਿਉਂਕਿ B/H ਮਤਲਬ ਆਧਾਰ ਬਟਾ ਕਰਨ ਲੱਗਣਾ ਆਧਾਰ ਦਿੱਤਾ ਕਰਨ ਆਪਾਂ ਅਤੇ ਕਰਨ ਉਹਨਾਂ ਨੇ ਕਰਨ ਆਪਾਂ ਬਾਅਦ 'ਚ ਪਤਾ ਕਰ ਲਾਂਗੇ ਸਾਈਨ ਦਾ ਫਾਰਮੂਲਾ ਵੀ ਲਾਉਣਾ ਹੈ ਆਪਾਂ ਅੱਗੇ ਦੇਖ ਲਾਂਗੇ ਚੈੱਕ ਕਰਕੇ ਵੀ ਕਿੱਦਾਂ ਇਹਦਾ ਆਂਸਰ ਕੱਢ ਸਕਦੇ ਹਾਂ ਪਰ ਜੇ ਆਪਾਂ ਸਾਈਨ ਦਾ ਫਾਰਮੂਲਾ ਲਾਇਆ ਤੁਹਾਡੇ ਕੋਲ ਆਹ ਵਾਲੀ ਪੂਜਾ ਪਹਿਲਾਂ ਆਏਗੀ ਠੀਕ ਹੈ ਸੋਰੀ ਹਾਂ ਕੋਸ ਦੇ ਤੋਂ ਲਾਇਆ ਆਪਾਂ ਹੁਣ ਦੇਖ ਲਓ ਕੋਸ ਦਾ ਫਾਰਮੂਲਾ ਅੱਗੇ ਯੂਜ਼ ਹੋਏਗਾ ਆਪਾਂ ਕਿਉਂਕਿ ਇਹ ਵੀ ਪੂਜਾ ਕੱਢਾਂਗੇ ਠੀਕ ਹੈ ਚਾਹੇ ਕੋਸ ਵਾਲਾ ਫਾਰਮੂਲਾ ਲਾ ਲਓ ਚਾਹੇ ਟੈਨ ਵਾਲਾ ਫਾਰਮੂਲਾ ਮੈਂ ਪਹਿਲਾਂ ਆਹ ਵਾਲੀ ਲੰਬ ਕੱਢਣ ਲਈ 8 ਮਤਲਬ ਆਧਾਰ ਅਤੇ ਲੰਬ ਦਿੱਤਾ ਹੋਇਆ ਦੇਖੋ ਟੈਨ ਦਿੱਤਾ ਪੰਡਿਤ P/B ਵਾਲਾ ਪੀ ਮਤਲਬ ਲੰਬ ਲੰਬ AB/ ਆਧਾਰ BC ਤਾਂ ਫਾਰਮ ਮੁੱਲ ਭਰ ਕੇ ਆਪਣੇ ਕੋਲ AB ਕਿੰਨਾ ਆ ਗਿਆ 8/3/3 ਆ ਗਿਆ ਉਸ ਤੋਂ ਬਾਅਦ ਹੁਣ ਦੇਖੋ ਆਹ ਆ ਗਿਆ ਆਪਣੇ ਕੋਲ ਐਕਸ ਦਾ ਮੁੱਲ ਆ ਗਿਆ 8/3/3 ਹੁਣ ਆਪਾਂ ਕਰਨ ਕੱਢਣਾ ਆ ਕਰਨ ਤੁਸੀਂ ਕੋਸ ਦਾ ਫਾਰਮੂਲਾ ਲਾ ਕੇ ਕੱਢ ਸਕਦੇ ਹਾਂ P/H ਜਾਂ ਲੰਬ ਦੇ ਨਾਲ ਕਰਨ ਦਾ ਵੀ ਕੱਢ ਸਕਦੇ ਹਾਂ ਸਾਈਨ ਦਾ ਫਾਰਮੂਲਾ ਲਾ ਕੇ ਆਂਸਰ ਸੇਮ ਹੀ ਆਏਗਾ ਮੈਂ ਕੋਸ ਦਾ ਫਾਰਮੂਲਾ ਲਾਇਆ B/H ਮਤਲਬ ਆਧਾਰ ਬਟਾ ਕਰਨ ਕਰਕੇ ਮੁੱਲ ਭਰ ਕੇ ਕਿੰਨਾ ਆ ਗਿਆ AC ਆ ਗਿਆ 16/3/3 ਦੋਨੋਂ ਉਚਾਈਆਂ ਨੂੰ ਕਿ ਕਰਨ ਅਤੇ ਆਹ ਵਾਲੇ ਲੰਬ ਨੂੰ ਜੋੜ ਕੇ ਆਪਣੇ ਕੋਲ ਦਰਖਤ ਦੀ ਉਚਾਈ ਬਣਨੀ ਹੈ ਹੱਲ ਕਰ ਲਿਆ ਲਘੁੱਤਮ ਲੈ ਲਿਆ ਆਂਸਰ ਆ ਗਿਆ 8/3 ਮੀਟਰ